ਪਹਿਲਾਂ ਜਿਹੜੀ ਇਹ ਵੋਟ ਮੈਂ ਕਾਸਟ ਕਰਦਾ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸੀ ਸਾਡੇ ਉਹਨਾਂ ਦੇ ਲਈ ਕਾਸਟ ਕਰਦਾ ਸੀ। ਅੱਜ ਪਹਿਲੀ ਵਾਰੀ ਆਪਣੇ ਲਈ ਵੋਟ ਜਿਹੜੀ ਹੈ ਮੈਂ ਕਾਸਟ ਕੀਤੀ ਹੈ ਔਰ ਮਨ ਨੂੰ ਬਹੁਤ ਖੁਸ਼ੀ ਹੈ। ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਮੋਗੇ ਸ਼ਹਿਰ ਵਾਸਤੇ ਔਰ ਜ਼ਿਲ੍ਹੇ ਵਾਸਤੇ ਅਮਨ ਅਤੇ ਸ਼ਾਂਤੀ ਲੈ ਕੇ ਆ। ਪਰਿਵਾਰ ਦੇ ਵਿੱਚੋਂ ਮੇਰੀ ਵਾਈਫ ਪ੍ਰੋਫੈਸਰ ਡਾਕਟਰ ਰਾਗਨੀ ਨੇ ਔਰ ਮੇਰੀ ਬੇਟੀ ਜਿਹੜੀ ਵੱਡੀ ਹੈ ਨੂਰਦੀਪ ਰੰਧਾਵਾ, ਉਹਨਾਂ ਨੇ ਵੋਟ ਦਾ ਇਸਤੇਮਾਲ ਕੀਤਾ। ਪਹਿਲੀ ਵਾਰੀ ਮੇਰੀ ਬੇਟੀ ਦੀ ਅੱਜ ਵੋਟ ਪਈ ਹੈਗੀ ਆ, ਉਹਨੇ ਵੋਟ ਦਾ ਇਸਤੇਮਾਲ ਅੱਜ ਮੇਰੇ ਹੱਕ ਵਿੱਚ ਕੀਤਾ। ਮੈਨੂੰ ਬਹੁਤ ਖੁਸ਼ੀ ਆ ਔਰ ਉਹਨੂੰ ਵੀ ਬੜਾ ਚਾਅ ਅਤੇ ਮਲਾਰ ਹੈ। ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਹੈਗਾ ਇਹ ਲੈ ਕੇ ਚੋਣਾਂ ਨੂੰ ਠੀਕ ਹੈ, ਮਤਲਬ ਕਿ ਵਧੀਆ ਉਤਸ਼ਾਹ ਹੈਗਾ। ਲੋਕ ਬਹੁਤ ਸਿਆਣੇ ਨੇ, ਮੋਗਾ ਸ਼ਹਿਰ ਦੇ ਲੋਕ ਸਿਆਣੇ ਨੇ। ਮੈਨੂੰ ਉਮੀਦ ਹੈ ਕਿ ਆਪਣੇ ਸ਼ਹਿਰ ਨੂੰ ਇਹ ਪਹਿਲ ਦੇਣਗੇ, ਸ਼ਹਿਰ ਦੇ ਉਮੀਦਵਾਰ ਨੂੰ ਪਹਿਲ ਦੇਣਗੇ। ਵੋਟਰਾਂ ਦਾ, ਲੋਕ ਸਭਾ ਹਲਕਾ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰੂੰਗੀ ਔਰ ਪ੍ਰਸ਼ਾਸਨ ਦਾ ਔਰ ਜਿਨ੍ਹਾਂ ਨੇ ਮੇਰਾ ਕੰਪੇਨ ਵਿੱਚ ਸਾਥ ਦਿੱਤਾ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰੂੰਗੀ। ਕਿਉਂਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਲੰਬੀਆਂ ਲੰਬੀਆਂ ਕਤਾਰਾਂ ਬਣਾ ਕੇ ਸੁਬਾਹ 6 ਵਜੇ ਦੇ ਖੜ੍ਹੇ ਆ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਰੇ ਹਲਕਾ ਫਰੀਦਕੋਟ ਦੇ ਵੋਟਰਾਂ ਦਾ ਕਿ ਅੱਜ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਲੰਬੀਆਂ ਲੰਬੀਆਂ ਕਤਾਰਾਂ ਬੰਨ੍ਹ ਕੇ ਆ ਰਹੇ ਔਰ ਖੁਸ਼ੀ ਆ ਉਹਨਾਂ ਦੇ ਚਿਹਰੇ 'ਤੇ ਕਿਉਂਕਿ ਉਹ ਆਪਣੇ ਸੰਵਿਧਾਨ ਨੂੰ ਔਰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜਨ ਜਾ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ।